ਮਾਰਕੀਟ ਵਿੱਚ ਤੂੜੀ ਬਣਾਉਣ ਦੀ ਮਸ਼ੀਨਾਂ ਤਾਂ ਹੋਰ ਵੀ ਬਹੁਤ ਨੇ ਜੀ ਪਰ ਆ ਐਗਰੀ ਜ਼ੋਨ ਦਾ ਹੀ ਕਿਉਂ ਆ ਕੀ ਇਹਨੂੰ ਸਟਾਰ ਰਿਪਰ ਕਹਿੰਦੇ ਆ ਸਟਾਰ ਰਿਪਰ ਇਹ ਕਿਉਂ ਖਰੀਦੇ ਬੰਦਾ ਮੈਨੂੰ ਦੱਸੋ ਸਰਦਾਰ ਜੀ ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ ਕਿ ਮਸ਼ੀਨਾਂ ਬਹੁਤ ਨੇ ਐਗਰੀ ਜ਼ੋਨ ਕਿਉਂ ਲਿਆ ਜਾਵੇ ਇੱਕ ਤਾਂ ਐਗਰੀ ਜ਼ੋਨ ਅੱਜ ਪੰਜਾਬ ਹੀ ਨਹੀਂ ਸਾਰੇ ਹਿੰਦੁਸਤਾਨ ਦਾ ਹਰਮਨ ਪਿਆਰਾ ਬ੍ਰਾਂਡ ਬਣ ਚੁੱਕਿਆ ਹੈ ਐਗਰੀਕਲਚਰ ਸੰਦ ਬਣਾਉਂਦੇ ਬਿਲਕੁਲ ਬਿਲਕੁਲ ਸੁਪਰ ਸੀਡਰ ਦੀ ਕਾਮਯਾਬੀ ਲੇਜ਼ਰ ਲੈਵਲਰ ਦੀ ਕਾਮਯਾਬੀ ਕਿਸੇ ਤੋਂ ਛਿਪੀ ਨਹੀਂ ਹੈ ਬਿਲਕੁਲ ਪਹਿਲਾਂ ਤਾਂ ਇਹੀ ਕਾਰਨ ਹੈ ਵੀ ਐਗਰੀ ਜ਼ੋਨ ਕਿਉਂ ਲਿਆ ਜਾਵੇ ਕਿਉਂਕਿ ਅਸੀਂ ਸਰਵਿਸ ਤੇ ਵਾਰੰਟੀ ਦੇ ਵਿੱਚ ਜਿਹੜੀ ਕੰਪਨੀ ਦੀ ਬੈਕਅਪ ਹੈ ਬਹੁਤ ਜ਼ਿਆਦਾ ਕੀ ਬਾਤ ਹੈ ਕੀ ਬਾਤ ਦੂਸਰਾ ਜਿਹੜੀ ਹੈ ਇਸ ਸਟਾਰ ਰਿਪਰ ਦੀਆਂ ਖੂਬੀਆਂ ਨੇ ਬਾਕੀ ਸਟਾਰ ਰਿਪਰਾਂ ਨਾਲੋਂ ਮੈਂ ਜੇ ਤੁਹਾਨੂੰ ਇੱਕ ਤੋਂ ਲੈ ਕੇ ਸਾਰੀਆਂ ਦੱਸਾਂ ਤਾਂ ਬਹੁਤ ਹੋ ਜਾਣਗੇ ਮੈਂ ਤੁਹਾਨੂੰ ਜੇ ਇਹਦੀ ਸਟਾਰਟਿੰਗ ਤੋਂ ਆਪਾਂ ਸਟਾਰਟ ਕਰ ਲਈਏ ਤਾਂ ਪਹਿਲੀ ਬਿਲਡ ਅਪ ਕੁਆਲਿਟੀ ਜੀ ਤੁਸੀਂ ਦੇਖੋ ਤੁਹਾਨੂੰ ਕਿਤੇ ਬਿਲਡਿੰਗ ਹੋਈ ਹੋਈ ਦਿਖਾਈ ਨਹੀਂ ਦੇ ਰਹੀ ਨਹੀਂ ਬਿਲਕੁਲ ਬਣਿਆ ਤਾਂ ਬਿਲਡਿੰਗ ਨਾਲ ਆ ਹਾਂਜੀ ਪਰ ਬਿਲਡਿੰਗ ਜਿੰਨੀ ਤੁਸੀਂ ਐਟਮੋਸਫੇਅਰ ਤੋਂ ਵਾਤਾਵਰਨ ਤੋਂ ਛੁਪਾ ਕੇ ਰੱਖੋ ਉਹਨਾਂ ਉਹਨੂੰ ਜਰ ਲੱਗਣ ਦੀ ਕਰੋਜਨ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ ਤੇ ਟੁੱਟਦੀ ਨਹੀਂ ਜੀ ਜੀ ਦੂਸਰਾ ਇਹਦਾ ਜਿਹੜਾ ਪਾਊਡਰ ਕੋਟ ਪੇਂਟ ਇਹਦੀ ਜਿਹੜੀ ਲਿਕੁਇਡ ਪੇਂਟ ਨਾਲੋਂ ਕੁਆਲਿਟੀ ਕਈ ਗੁਣਾ ਜ਼ਿਆਦਾ ਹੁੰਦੀ ਜੀ ਜੀ ਫਿਰ ਇਹਦਾ ਕਟਰ ਬਾਰ ਜੀ ਦੇਖੋ ਲਾਂਗੇ ਨੂੰ ਤਾਂ ਕਟਰ ਬਾਰ ਨੇ ਲੈ ਕੇ ਜਾਣਾ ਆਮ ਮਸ਼ੀਨਾਂ ਜਿੰਨੀਆਂ ਵੀ ਮਾਰਕੀਟ ਦੇ ਵਿੱਚ ਨੇ ਉਹਨਾਂ ਦਾ ਕਟਰ ਬਾਰ 7 ਫੁੱਟ ਦਾ ਇਹਦਾ 7.5 ਫੁੱਟ ਹੈ ਅੱਧਾ ਫੁੱਟ ਹਰ ਗੇੜੇ ਦੇ ਵਿੱਚ ਇਹ ਜ਼ਿਆਦਾ ਲੈ ਕੇ ਜਾਓ ਵਾਹ ਜੀ ਵਾਹ ਜ਼ਿਆਦਾ ਕਢਾਈ ਹੋਊਗੀ ਜੀ ਜੀ ਫਿਰ ਆ ਜਾਂਦਾ ਜੀ ਪਿੱਛੇ ਥ੍ਰੈਸ਼ਰ ਜਿਹਨੇ ਤੂੜੀ ਨੂੰ ਚੌਪ ਕਰਨਾ ਕੱਟਣਾ ਬਿਲਕੁਲ ਆਮ ਮਾਰਕੀਟ ਦੇ ਵਿੱਚ ਜਿਹੜੇ ਥ੍ਰੈਸ਼ਰ ਰੀਪਰਾਂ ਦੇ ਹੈਗੇ ਨੇ 56 ਇੰਚੀ ਨਾਲ ਮਸ਼ਹੂਰ ਨੇ ਜੀ ਬਿਲਕੁਲ ਐਗਰੀ ਜ਼ੋਨ ਨੇ 57 ਇੰਚ ਦਾ ਥ੍ਰੈਸ਼ਰ ਲਾਇਆ ਵਾਹ ਜੀ ਵਾਹ ਤਾਂ ਉਹ ਜ਼ਿਆਦਾ ਲਾਂਗੇ ਨੂੰ ਘੁਮਾਊਗਾ ਤੇ ਜ਼ਿਆਦਾ ਮਾਲ ਨੂੰ ਕੱਢੂਗਾ ਜੀ ਹਾਂ ਬਲੇਡ ਇਹਦਾ ਜਿਹੜਾ ਉੱਚ ਕੁਆਲਿਟੀ ਦੀ ਕੰਪਨੀ ਹਾਈ ਪੂਰਾ ਟੈਂਪਰ ਤੇ ਹਾਈ ਕੁਆਲਿਟੀ ਦਾ ਬਲੇਡ ਲੱਗਿਆ ਹੈ ਬਲੇਡ ਤੋਂ ਹੁਣ ਤੁਸੀਂ ਯਾਦ ਕਰਿਆ ਜਿਹੜੀ ਇਹਦੀ ਫਿੰਗਰ ਹੈ ਫਿੰਗਰ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਜਿਹੜੀ ਬਲੇਡ ਨੂੰ ਗਾਈਡ ਕਰਦੀ ਬਿਲਕੁਲ ਇਹ ਫਿੰਗਰ ਵੀ ਕਿਉਂਕਿ ਕੰਪਨੀ ਕੋਲ ਫੋਰਜਿੰਗ ਯੂਨਿਟ ਵੀ ਅੰਦਰ ਹੈ ਕਾਸਟਿੰਗ ਦਾ ਕੰਮ ਵੀ ਅੰਦਰੇ ਹੁੰਦਾ ਫਿੰਗਰਾਂ ਵੀ ਕੰਪਨੀ ਨੇ ਆਪਣੀਆਂ ਅੰਦਰ ਜਿਹੜੀਆਂ ਨੇ ਫੋਰਜ ਕੀਤੀਆਂ ਹੋਈਆਂ ਨੇ ਆਮ ਤੌਰ ਤੇ ਫਿੰਗਰਾਂ ਟੁੱਟਣ ਦੀ ਸ਼ਿਕਾਇਤ ਸੀਜ਼ਨ ਦੇ ਦੌਰਾਨ ਜ਼ਿਆਦਾ ਆਉਂਦੀ ਫਿਰ ਤੇ ਟਰਾਲੀ ਵੀ ਬਹੁਤ ਛੇਤੀ ਭਰਦਾ ਹੋਣਾ ਟਰਾਲੀ ਦੇਖੋ ਟਰਾਲੀ ਭਰਨ ਦਾ ਜਿਹੜਾ ਡਿਪੈਂਡ ਕਰਦਾ ਤੁਹਾਡਾ ਖੇਤ ਦਾ ਲਾਂਘਾ ਕਿੰਨਾ ਕੁ ਹੈ ਅੱਛਾ ਕਣਕ ਕਿਹੜੀ ਵੱਡੀ ਹੈ ਜੀ ਜੀ ਆਮ ਤੌਰ ਤੇ ਸਵਾਲ ਪੁੱਛਿਆ ਜਾਂਦਾ ਜੀ ਤੂੜੀ ਕਿੰਨੇ ਟਰਾਲੀ ਕਿੰਨੇ ਟਾਈਮ 'ਚ ਭਰ ਦੋ ਉਹ ਮੈਟਰ ਕਰਦਾ ਹੈ ਇੱਕੋ ਜਿਹੇ ਖੇਤ ਦੇ ਵਿੱਚ ਦੋ ਰੀਪਰ ਜੇ ਚੱਲ ਰਹੇ ਨੇ ਤਾਂ ਉਹਨਾਂ ਦੇ ਵਿੱਚ ਆਮ ਰੀਪਰ ਨਾਲੋਂ ਜਿਹੜਾ ਇਹਦੇ ਬਰਾਬਰ ਚੱਲ ਰਿਹਾ 5 ਤੋਂ 7 ਮਿੰਟ ਪਹਿਲਾਂ ਇਹ ਟਰਾਲੀ ਭਰੂਗਾ ਵਾਹ ਜੀ ਵਾਹ ਫਿਰ ਇਹਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਜੀ ਇਹਦੇ ਵਿੱਚ ਸਟੋਨ ਆ ਜਾਂਦੇ ਨੇ ਇੱਟਾਂ ਰੋੜੇ ਚੜ ਜਾਂਦੇ ਨੇ ਕਟਰ ਦੇ ਵਿੱਚ ਤਾਂ ਇਹਦੇ ਆਟੋਮੈਟਿਕ ਖੁੱਲਣ ਵਾਲੀ ਸਟੋਨ ਟ੍ਰੇ ਲੱਗੀ ਹੋਈ ਹੈ ਜਦੋਂ ਸਟੋਨ ਚੜ ਗਿਆ ਉਹਨੇ ਆਟੋਮੈਟਿਕ ਟ੍ਰੇ ਨੇ ਖੁੱਲ ਜਾਣਾ ਤੇ ਬੀਪ ਕਰ ਜਾਣਾ ਡਰਾਈਵਰ ਨੂੰ ਪਤਾ ਲੱਗ ਜਾਏਗਾ ਸਟੋਨ ਟ੍ਰੇ ਖੁੱਲ ਗਈ ਵਾਹ ਜੀ ਵਾਹ ਸੋ ਇਹ ਖੂਬੀਆਂ ਜਿਹੜੀਆਂ ਨੇ ਇਹਨੂੰ ਦੂਸਰਿਆਂ ਨਾਲੋਂ ਵੱਖਰਾ ਬਣਾਉਂਦੀਆਂ ਨੇ ਬਾਕੀ ਐਗਰੀ ਜ਼ੋਨ ਦਾ ਨਾਮ ਬ੍ਰਾਂਡ ਹੈ ਤਾਂ ਇਹਦੇ ਕਰਕੇ ਮੈਂ ਤੁਹਾਨੂੰ ਕਹੂੰਗਾ ਕਿ ਐਗਰੀ ਜ਼ੋਨ ਹੀ ਖਰੀਦੋ ਬਿਲਕੁਲ ਕਿਸਾਨ ਵੀਰੋ ਜੇ ਤੁਸੀਂ ਉੱਚ ਕੁਆਲਿਟੀ ਦੇ ਖੇਤੀ ਦੇ ਸੰਦ ਲੈਣੇ ਨੇ ਤਾਂ ਯਾਦ ਰੱਖੋ ਸਿਰਫ ਐਗਰੀ ਜ਼ੋਨ।